गया यार। telma.com पर तुसी लाइव देख रहे हो इस समय इस जगह तुसी बनु मजबूत किया जा रहा है। पानी का चढ़ा बहुत ही तेजी नाल वादा होया, इंचा फुटां दे हिसाब नाल वादा होया। पुलिस डिपार्टमेंट भी जिहड़ियां टीमां पहुंच चुकी हैं इत्थे ढिलवां तुसी बन तो तुसी देख रहे हो लाइव। सो महकमा भी पूरा लगा होया इस स्थिति नाल निपटण लई। हुण देखदे हां इत्थे की स्थिति है, आपां लाइव तुहानूं फुटेज दिखा रहे हैं ढिलवां.com उपर। सो पुलिस दीआं टीमां भी पहुंच चुकी हैं इत्थे, पूरा इस नूं ढिलवां दे नौजवान भी मौके ते पहुंच चुके आ ते मिट्टी भी लई गई है, बोरे भरे जा रहे ने। ਜਿੱਥੋਂ ਕਮਜ਼ੋਰ ਹੈ ਉਸਨੂੰ ਸਥਿਤੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਵਾਹਿਗੁਰੂ ਮਿਹਰ ਕਰੇ, ਢਿਲਵਾਂ ਦੇ ਨੌਜਵਾਨ ਟਰੈਕਟਰਾਂ ਸਮੇਤ ਪਹੁੰਚ ਚੁੱਕੇ ਨੇ, ਲਾਈਵ ਚੱਲ ਰਿਹਾ, ਤੁਸੀਂ ਦੇਖ ਲਓ ਢਿਲਵਾਂ.com ਉੱਪਰ। ਜਿੱਥੇ ਕਮਜ਼ੋਰ ਹੈ, ਅਸੀਂ ਪਹਿਲਾਂ ਵੀ ਦਿਖਾਇਆ ਸੀ ਉਸ ਖਬਰ ਨੂੰ ਕਿ ਜਿਸ ਜਗ੍ਹਾ 88 ਦੇ ਵਿੱਚ ਇੱਥੇ ਡੰਮ ਪਿਆ ਸੀ, ਟੁੱਟਾ ਸੀ, ਉੱਥੇ ਹੀ ਸੇਮ ਚੱਲ ਰਹੀ ਹੈ। ਪਾਣੀ ਦੁਬਾਰਾ ਥੱਲੇ ਸਿਮ ਰਿਹਾ, ਤੁਸੀਂ ਦੇਖ ਰਹੇ ਹੋ। ਇਹ ਪਹਿਲਾਂ ਵੀ ਢਿਲਵਾਂ.com ਪਰ ਸੀ ਖਬਰ ਦਿਖਾ ਚੁੱਕੇ ਹਾਂ ਮੋਰਨਿੰਗ, ਅਤੇ ਅਸੀਂ ਧੰਨਵਾਦ ਕਰਦੇ ਹਾਂ ਅਧਿਕਾਰੀਆਂ ਦਾ ਜਿਨ੍ਹਾਂ ਨੇ ਫੌਰਨ ਉਸ 'ਤੇ ਸਟੈਪ ਲਿਆ, ਅਤੇ ਨੌਜਵਾਨ ਜਿਹੜੇ ਢਿਲਵਾਂ ਦੇ ਇਕੱਠੇ ਹੋਏ ਆ, ਇੱਥੇ ਮਿੱਟੀ ਲਿਆਈ ਜਾ ਚੁੱਕੀ ਹੈ। ਸੋ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਣੀ ਨੂੰ ਇਲਾਕੇ ਵੱਲ ਨਾ ਦਾ ਜਾਣ ਦਿੱਤਾ ਜਾਵੇ, ਕਿਉਂਕਿ ਪਾਣੀ ਬਹੁਤ ਜਲਦੀ ਤੇਜ਼ੀ ਨਾਲ ਵੱਧ ਰਿਹਾ। ਅਤੇ ਜਿਹੜਾ ਤੂਸੀ ਬੰਨ ਦਾ ਉੱਪਰਲਾ ਜਿਹੜਾ ਇਹ ਲੈਵਲ ਹੈ ਉਹਨੂੰ ਟੱਚ ਕਰ ਜਾਵੇਗਾ ਬਹੁਤ ਜਲਦੀ। ਸੋ ਵਾਹਿਗੁਰੂ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਖਤਰਾ ਟਲ ਜਾਵੇ। ਸੋ ਤੁਸੀਂ ਲਾਈਵ ਦੇਖ ਰਹੇ ਹੋ ਢਿਲਵਾਂ.com ਉੱਪਰ ਪੁਲਿਸ ਦੀਆਂ ਟੀਮਾਂ ਪਹੁੰਚ ਚੁੱਕੀਆਂ, ਨੌਜਵਾਨ ਪਹੁੰਚ ਚੁੱਕੇ ਆ, ਮਿੱਟੀ ਪਹੁੰਚ ਚੁੱਕੀ ਹੈ, ਬੋਰੇ ਬੰਨ੍ਹ ਕੇ ਰੱਖੇ ਜਾ ਰਹੇ ਨੇ। ਜਿੱਥੇ ਕਮਜ਼ੋਰ ਹੈ ਉੱਥੋਂ ਮਜ਼ਬੂਤ ਕੀਤਾ ਜਾ ਰਿਹਾ। ਢਿਲਵਾਂ ਬਾਬਾ ਲਾਹੌਰੀ ਸ਼ਾਹ ਦੀ ਜਗ੍ਹਾ ਤੋਂ ਕੁਛ ਦੂਰ ਜਿੱਥੇ 88 ਦੇ ਵਿੱਚ ਪਹਿਲਾਂ ਵੀ ਪਹਾੜ ਪਿਆ ਸੀ, ਉਸੇ ਜਗ੍ਹਾ 'ਤੇ ਹੁਣ ਉਸ ਸਥਿਤੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਵਾਹਿਗੁਰੂ ਅਰਦਾਸ ਕਰੋ ਕਿ ਇਸ ਜਗ੍ਹਾ ਤੋਂ ਤੁਸੀਂ ਬੰਨ ਜਿਹੜਾ ਮਜ਼ਬੂਤ ਕੀਤਾ ਜਾ ਸਕੇ, ਕਿਉਂਕਿ 88 ਦੇ ਵਿੱਚ ਵੀ ਅਸੀਂ ਦੱਸ ਦਈਏ ਇਸੇ ਜਗ੍ਹਾ ਤੋਂ ਪਹਾੜ ਪਿਆ ਸੀ, ਜਦੋਂ ਕਿ ਪਿੰਡ ਇਲਾਕੇ ਨੂੰ ਬਹੁਤ ਵੱਡੀ ਮਾਰ ਪਈ ਸੀ। ਉਸੇ ਜਗ੍ਹਾ ਅਸੀਂ ਸਵੇਰੇ ਵੀ ਤੁਹਾਨੂੰ ਨਿਊਜ਼ ਦਿਖਾਈ ਸੀ, ਇਸ ਜਗ੍ਹਾ ਸੇਮ ਚੱਲ ਰਹੀ ਹੈ, ਅਤੇ ਉਸ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਫੌਰਨ ਐਕਸ਼ਨ ਲਿਆ। ਢਿਲਵਾਂ.com ਉੱਪਰ ਅਸੀਂ ਵੀਡੀਓ ਪਬਲਿਸ਼ ਕੀਤੀ ਸੀ, ਇੱਕ ਅਵੇਅਰ ਕੀਤਾ ਸੀ ਲੋਕਾਂ ਨੂੰ ਵੀ ਇੱਥੇ ਇੱਕ ਜ਼ਰੂਰਤ ਹੈ। ਤਾਂ ਉਸ ਨੂੰ ਸਮਝਦੇ ਹੋਏ ਇੱਥੇ ਨੌਜਵਾਨ ਇਲਾਕੇ ਤੋਂ ਪਹੁੰਚੇ ਆ, ਟਰਾਲੀਆਂ, ਮਿੱਟੀ, ਰੇਤਾ, ਸਾਰਾ ਕੁਛ, ਐਵਰੀਥਿੰਗ, ਇੱਥੇ ਬੋਰੇ ਵਗੈਰਾ ਨੌਜਵਾਨ ਲੱਗੇ ਹੋਏ ਆ। ਸੋ ਸ਼ਲਾਘਾਯੋਗ ਕਦਮ ਆ ਨੌਜਵਾਨੀ ਦਾ ਕਿ ਕਿਸੇ ਤਰ੍ਹਾਂ ਪਾਣੀ ਨੂੰ ਰੋਕਿਆ ਜਾ ਸਕੇ ਇਲਾਕੇ ਦੇ ਵਿੱਚ ਜਾਣ ਤੋਂ। ਸੋ ਹੋਰ ਵੀ ਨੌਜਵਾਨ ਢਿਲਵਾਂ ਨਾਲ ਸੰਬੰਧਿਤ ਜੇਕਰ ਇੱਥੇ ਯੋਗਦਾਨ ਪਾਉਣਾ ਚਾਹੁੰਦੇ ਆ ਤਾਂ ਪਹੁੰਚ ਸਕਦੇ ਆ, ਆ ਸਕਦੇ ਆ। ਇੱਥੇ ਮੌਜੂਦਾ ਸਥਿਤੀ ਬਾਬਾ ਲਾਹੌਰੀ ਸ਼ਾਹ ਤੋਂ ਥੋੜ੍ਹਾ ਜਿਹਾ ਦੂਰ ਆਪਾਂ ਕਹਿ ਸਕਦੇ ਹਾਂ, ਕੋਈ ਨੀਅਰ ਅਬਾਊਟ 400-500 ਮੀਟਰ ਦੂਰੀ ਦੇ ਉੱਤੇ, ਜਿੱਥੇ 88 ਦੇ ਵਿੱਚ ਪਹਿਲਾਂ ਵੀ ਪਹਾੜ ਪਿਆ ਸੀ, ਸੇਮ ਉਸੇ ਜਗ੍ਹਾ ਸੇਮ ਚੱਲ ਰਹੀ ਹੈ। ਥੱਲੇ ਉਹਦੀ ਪਾਣੀ ਦੂਸਰੀ ਸਾਈਡ 'ਤੇ ਤੁਹਾਨੂੰ ਇੱਕ ਵਾਰੀ ਫਿਰ ਵਿਖਾਉਂਦੇ ਹਾਂ ਅਸੀਂ, ਪਾਣੀ ਇੱਕ ਵਾਰੀ ਉਸ ਦੂਜੀ ਸਾਈਡ 'ਤੇ ਜਾ ਰਿਹਾ ਇਸ ਸਾਈਡ 'ਤੇ। ਢਿਲਵਾਂ ਇਲਾਕਾ ਜ਼ਿਲ੍ਹਾ ਕਪੂਰਥਲਾ ਕਾਫੀ ਵੱਡਾ ਏਰੀਆ ਹੈ, ਕਾਫੀ ਪਿੰਡ ਲੱਗਦੇ ਨੇ ਇਸ ਏਰੀਏ ਨੂੰ। ਸੋ ਨਜ਼ਦੀਕੀ ਪਿੰਡਾਂ ਵਾਲੇ ਵੀ ਪਹੁੰਚ ਚੁੱਕੇ ਆ ਇੱਥੇ ਕਿ ਕਿਸੇ ਤਰ੍ਹਾਂ ਇਸ ਸਥਿਤੀ ਨੂੰ ਕਾਬੂ ਕੀਤਾ ਜਾ ਸਕੇ, ਕਿ ਪਾਣੀ ਬਹੁਤ ਜਲਦੀ ਵੱਧ ਰਿਹਾ। ਤੁਸੀਂ ਲਾਈਵ ਦੇਖ ਰਹੇ ਹੋ ਢਿਲਵਾਂ.com ਉੱਪਰ ਫੁਟੇਜ। ਸੋ ਨੌਜਵਾਨ ਜਿਹੜੇ ਹੈਗੇ ਆ ਉਹ ਪੂਰਾ ਯੋਗਦਾਨ ਦੇ ਰਹੇ ਆ। ਤਕਰੀਬਨ ਢਿਲਵਾਂ ਤੋਂ ਨਜ਼ਦੀਕੀ ਪਿੰਡ ਸੰਗੋਵਾਲ, ਸੰਗਰਾਵਾਂ, ਜਰਾਮਪੁਰ, ਸਾਰੇ ਨੌਜਵਾਨ, ਇਕੱਲੇ ਢਿਲਵਾਂ ਦੇ ਨੌਜਵਾਨ ਨਹੀਂ, ਕਿਉਂਕਿ ਇਹ ਸਾਰੇ ਇਲਾਕੇ ਦਾ ਮਸਲਾ ਹੈ। ਸੋ ਜਰਾਮਪੁਰ, ਨਜ਼ਦੀਕੀ ਪਿੰਡ ਸਾਰੇ, ਬਤਾਲਾ, ਮਸੂਰਵਾਲ, ਸਾਰੇ ਨੌਜਵਾਨ ਇੱਥੇ ਆ ਕੇ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਆ। ਸੋ ਯੋਗਦਾਨ ਪਾ ਰਹੇ ਆ, ਬਹੁਤ ਇੱਕ ਵਧੀਆ ਸ਼ਲਾਘਾਯੋਗ ਕਦਮ ਹੈ ਵੀ ਪਾਣੀ ਨੂੰ ਰੋਕਿਆ ਜਾ ਸਕੇ। ਤੁਸੀਂ ਲਾਈਵ ਫੁਟੇਜ ਦੇਖ ਰਹੇ ਹਾਂ, ਜਿਵੇਂ ਸਾਨੂੰ ਪਤਾ ਲੱਗਾ ਵੀ ਇੱਥੇ ਬੰਨ ਕਮਜ਼ੋਰ ਆ, ਅਸੀਂ ਪਹੁੰਚੇ ਹਾਂ ਅਤੇ ਮੋਰਨਿੰਗ ਅਸੀਂ ਖਬਰ ਵੀ ਨਸ਼ਰ ਕੀਤੀ ਸੀ, ਅਤੇ ਉਸ 'ਤੇ ਫੌਰਨ ਅਧਿਕਾਰੀਆਂ ਨੇ ਐਕਸ਼ਨ ਲੈਂਦੇ ਹੋਏ ਢਿਲਵਾਂ.com ਦੀ ਵੀਡੀਓ ਪਾਈ ਸੀ ਅਸੀਂ। ਸਾਡਾ ਇਹੀ ਮਕਸਦ ਸੀ ਕਿ ਇੱਕ ਵਾਰੀ ਅਵੇਅਰਨੈਸ ਦਿੱਤੀ ਜਾ ਸਕੇ, ਕਿਉਂਕਿ ਕੋਈ ਖਤਰਾ ਆਉਣ ਤੋਂ ਪਹਿਲਾਂ ਜੇਕਰ ਉਹਨੂੰ ਕਾਬੂ ਕਰ ਲਿਆ ਜਾਵੇ ਤਾਂ ਉਹ ਈਜ਼ੀ ਹੋਵੇਗਾ, ਜ਼ਿਆਦਾ ਕੋਈ ਇਸ਼ੂ ਪੈ ਜਾਵੇ ਫਿਰ ਮੁਸ਼ਕਲ ਹੋ ਜਾਂਦਾ ਹੈ। ਸੋ ਨੌਜਵਾਨ ਬੋਰੇ ਭਰ ਰਹੇ ਨੇ ਮਿੱਟੀ ਦੇ, ਸਾਰੇ ਨੌਜਵਾਨ ਲੱਗੇ ਹੋਏ ਨੇ ਆਪਣਾ ਯੋਗਦਾਨ ਦੇਣ ਲਈ, ਟਰੈਕਟਰ, ਮਿੱਟੀ। ਸੋ ਸਾਰੇ ਅਰਦਾਸ ਕਰੋ ਕਿ ਵਾਹਿਗੁਰੂ ਅੱਗੇ ਕਿ
इस जगह नूं मजबूत किया जा सके, दोबारा 88 वाला जिहड़ा दौर आ उह ना दोहराया जा सके। एक इतफाक की गल है कि उसे जगह पर जिते 88 दे विच पहाड़ पिया सी उसे जगह पर दोबारा सेम चल रही है। ढिलवां एरिया जिला कपूरथला काफ़ी पिंड लागे लागे पेंदे ने इलाके नूं ते पानी तेजी नाल वध रहा है। नौजवान बोरे रख रहे ने, जल्दी नाल भरया जा रहा। लाइव फुटेज नज़दीकी दे सारे पिंडां दे नौजवान ढिलवां, मसूरवाल, मांगेवाल, संगोवाल, संग्रावां सारे नौजवान इत्थे पहुँच रहे हैं। तो होर नौजवानों नूं ताकीद है, बेनती है भी जल्दी जल्दी इत्थे पहुँचो क्योंकि तुहाडे सहयोग की लोड़ है। इस तों पहलां कि पानी कोई अपनी जगह बनावे तुसी बंद दे विच, उस तों पहलां नूं कवर किया जा सके। साडा मीडिया भी असीं पूरी कोशिश कर रहे हैं भी हर जगह असीं हर न्यूज़ नूं दईए, पूरी अपडेट दईए। अपने वालों असीं पूरा सहयोग देने की कोशिश कर रहे हैं एज ए एक मीडिया के तौर पर। सो जिन्हें भी लाइव जुड़े आ, वाहेगुरु की अरदास करो कि ये जिहड़ा खतरा है टल जाए। देखो ट्रालियां काफ़ी तुहानू दिखा रहे हैं, पिछे काफ़ी ट्रालियां लगिया हुई, पुलिस दी टीमां भी पहुँच चुकी हैं मौके के उत्ते इस स्थिति को काबू करने लई ढिलवां थाना तो। हाँ ते भाजी होर किदा स्थिति हुण? ठीक ठाक है, हुण ते काबू च है। ये भाजी ढिलवां थाना तो मौजूद आ, तो बहुत थैंक यू कहने उन्हां दा पूरे मौके पर पहुँच के। पूरी टीम जिहड़ी ढिलवां थाना दी असीं धन्नवाद करदे आ, जिन्हां ने फौरी एक्शन लैंदे हुए अपना सहयोग दिता ते इलाका निवासियों नाल मोढ़े नाल मोढ़ा जुड़ के सारा पुलिस महकमा जिहड़ा खड़ा आ। असीं इन्हां दा दिल SHO साहब ढिलवां तो सर जी, हाँ सर जी की स्थिति है जी? हाँ जी अजय तो अंडर कंट्रोल ही है, कुछ लोग बच्चे के पानी दे बच्चे। अच्छा जी, उन्होंने सिविल प्रशासन की सहायता नाल बाहर कढ़ लिया, पर पानी दे बच्चे सीधा रेस्क्यू किया गया। हुण जिहड़ी कहिंदे बन टुटण की प्रॉब्लम थोड़ी माड़ी मोटी हैगी आ, उन्होंने जिहड़ा देख के मिट्टी मुट्टी सटा के कंट्रोल। सर 88 जिहड़ा इत्थे बणा सी सेम उस जगह ते दस्सिया जा रिहा? हाँ हाँ, उस जगह ते मिट्टी तुहाडे सामने ट्रालियां भरियां, ट्रालियां भरियां, काफ़ी लोग जिहड़े आ रहे सहयोग कर रहे हैं। ठीक है जी, वो प्रॉब्लम कोई प्रॉब्लम नहीं, पर पानी जिन्ना इस स्थिति च हैगा अजे तक तो कंट्रोल स्थिति है। हाँ जी, जे पानी होर आ गया हाँ प्रॉब्लम हो सकती है। हाँ, अजे फिलहाल इन्हें कंट्रोल करने की कोशिश की जा रही है। हाँ जी, ओके धन्यवाद जी। ये पुलिस डिपार्टमेंट से ढिलवां थाना तो SHO साहब जिन्होंने दसिया कि कुछ लोग पानी फसे हुए थे जिन्होंने रेस्क्यू कर लिया गया, एक बहुत वधिया कदम है। तो हुण फिलहाल कहिंदे कवर करने की कोशिश की जा रही स्थिति नूं, पर जेकर पानी पिछों होर आ जांदा है फिर आउट ऑफ कंट्रोल भी हो सकता है। उन्हां वल्लों यह कहा गया कि आउट ऑफ कंट्रोल हो सकता है, परमात्मा करे जी स्थिति ना पैदा होवे, क्योंकि नौजवान अपना पूरा सहयोग दे रहे। तो बाकी नौजवानों नूं असीं बेनती करते हैं जल्द जल्द इत्थे पहुँचो, नज़दीक बाबा लाहौरी शाह ढिलवां आ तुसीं देख सकते हो पुलिस मुलाजम दीआं गड्डियां वीरां दीआं ट्रैक्टर ट्रालियां रेता मिट्टी नाल ट्रक आ रहे, पिछे पिछे टिप्पर आ रहे, वड्डे पद्धर ते मिट्टी मंगाई जा रही है। इहदा मतलब कि महकमे नूं पता है कि इत्थों कुछ प्रॉब्लम पै सकदी है, इस लई ट्रालियां पिछे टिप्पर चल रहे। तुहानूं दिखाउणे आ असीं, ये तुसीं लाइव फुटेज दे रहे हो, इसनूं शेयर जरूर कर दिओ तां कि होर नौजवान जिहड़े अपने इलाके दे आ इत्थे आ के सहयोग पा सकन, क्योंकि इत्थे जिहड़ी हैगी आ मैन फोर्स है उहदी बहुत जरूरत है, बहुत जरूरत। तो जिन्नी जल्दी साडे कोल मैन फोर्स पहुँचेगी असीं उन्नी जल्दी इस स्थिति नूं काबू कर सकांगे। सो बहुत ही दुखद जिहड़ा एक जिहड़ा हैगा दृश्य आ वी इन्ना पानी, असीं बार बार मीडिया जरिए 2-3 दिन तो बेनती कर रहे सी कि पानी काफ़ी चढ़ सकता है, क्योंकि सानूं सूचना मिली सी ते उह गल हो जी सी, डर सी वी पानी बहुत वड्डे पद्धर ते चढ़ गया। सो टिप्पर तुसीं देख सकते हो पिछे वड्डे टिप्पर मंगवाए गए ने, दम जिथे पहला सी उत्थे सेम चली है ते उत्थों पानी जिहड़ा हैगा आ उह दुबारा लीक हो रहा है। तुहानूं दुबारा एक बार फिर लै चलते हैं जिथे इशू बनया होया। तुसीं लाइव देख रहे हो ढिलवां.com उपर, ढिलवां इलाका ते नज़दीकी पिंडां दे लोक, गुआंढी पिंडां दे लोक सारे नौजवानी पूरी सहायता कर रही है। तुसीं देख सकते हो मोटर का कोठा सी पहला भी दिखा के गए सी मॉर्निंग अपडेट च, जदों सिर्फ कुछ फुट डुबिया सी हुण हाफ तो उपर पानी इस कोठे नूं कवर कर चुकिया कुछ घंटिया दे विच, ते पानी बड़ी तेजी नाल उपर वध रहा। हुण तुसीं बंद उत्ते जिथे खड़े आ सिर्फ कुछ फुट दूरी ते पानी है, ते एक आइडिया मुताबक 7-8 फुट पानी स्टार्टिंग ते ते बैक साइड 12-13 फुट पानी सूचना मुताबक चढ़ चुके है, ते लगातार चढ़ रहा है। नौजवान कई लै के नौजवान पहुँच रहे हैं वड्डी पद्धर ते, पुलिस डिपार्टमेंट भी सरगर्म है पूरा।
ਵੀ ਕਿਸੇ ਤਰ੍ਹਾਂ ਦੀ ਸਥਿਤੀ ਜਿਹੜੀ ਹੈਗੀ ਆ ਉਹਨੂੰ ਨਾ ਪੈ ਦਿੱਤਾ ਜਾਵੇ। ਤੁਸੀਂ ਲਾਈਵ ਫੁਟੇਜ ਦੇਖ ਰਹੇ ਹੋ ਢਿਲਵਾਂ.com ਉੱਪਰ। ਪੁਲਿਸ ਡਿਪਾਰਟਮੈਂਟ ਜਿਹੜਾ ਹੈ ਪੂਰਾ ਸਹਿਯੋਗ ਦੇ ਰਿਹਾ, ਪੂਰਾ ਕੰਟਰੋਲ ਕੀਤਾ ਜਾ ਰਿਹਾ। ਡਰਾਈਵਰ ਟਰੈਕਟਰ ਵਾਲਾ लाइव फुटेज तुहानू एक बार फिर जानकारी दे दिए, असीं उस जगह पर खड़े हाँ जदों सन 1988 एक वड्डी त्रासदी हाड़ आए सी, एक इलाके नूं पानी की मार पई सी, हज़ारां लोग बेघर हो गए सी। वो पानी इसे जगह तो टुटा सी, इसे जगह तो बन टुटा सी, उत्थे दोबारा सेम चली है। असीं मॉर्निंग ऑलरेडी इस जगह दिखा चुके हैं, तुसीं इस पेज पर साडियां पुरानियां वीडियो देख सकते हो, अज मॉर्निंग दियां असीं दस चुके सी कि इत्थों सेम पै रही है। तो फौरन अधिकारियों ने उस न्यूज़ ते एक्शन लेंदे हुए इत्थे कार्रवाई की है, मिट्टी शुरू कर दिती है, क्योंकि मीडिया का काम होंदा एक अवेयरनैस जो असीं दे रहे हैं पल पल दी, ताकि साडे इलाके नूं किसी तरह का नुकसान ना पहुँचे। देखो नौजवान पानी दे विच पूरे जाके बोरिया नूं जिहड़े हैगे लगा रहे हैं। ढिलवां जिला कपूतला तो लाइव तस्वीर जिथे कि पानी का स्तर तेजी नाल वाधा होया, तेजी नाल पानी जिहड़ा लैवल आ वध रहा, पिछों बहुत ज़्यादा पानी होर भी छड्या जा रहा है, क्योंकि कुछ दिन पहला पानी इतों चला गया सी, आपां कह सकते हैं लथ गया सी, बड़े लोगों को आस नहीं सी पानी दोबारा आएगा, पर दो दिन दे विच महज कल तो बाद पानी एकदम पिछों दोबारा आया, तो लोग इस चीज़ नूं बड़े हैरान हो गए। हम तुहानूं लाइव फुटेज दिखा रहे हैं, ट्रालियां टिप रेता दे लाइन लगी हुई है इस बंध के उपर, बहुत लंबी संख्या के ट्रैक्टर ट्रालियां मिट्टी बहुत ज़्यादा मंगवाई गई है, क्योंकि किसी तरह इस चीज़ जो निरीक्षण लई महकमे वालों को जोर लगाया जा रहा है। नौजवान पानी दे विच जाके तुसीं देख सकते हो, तो जहद नाल सेम नूं पूरन दी कोशिश की जा रही है। लाइव फुटेज भी देख रहे हो ढिलवां दा उपर, पानी बहुत ही तेजी नाल वध रहा है। नज़दीकी पिंडां दे नौजवान ढिलवां दे नौजवान जद्दो जहद नाल अपनी मैन फोर्स पूरी लगी हुई नौजवानों की, जिसनों भी जो मिलता है घर कई या किसी को किसी तरह का भी कोई औजार है वो लैके पूरा सहयोग दे रहा है। घर चो लोग निकल चुके हैं भी किसी तरह इसनों सेम नू रोकया जा सके जिते पाड़ पिया है, क्योंकि 88 दे विच बिल्कुल इस जगह पर पाड़ पिया सी जितों पानी निकलिया सी, उत्थे पहला फिर दोबारा सेम चल गई है। इस बार बड़ी जल्द तेजी दे नाल बन नू मजबूत किया जा रहा, क्योंकि पानी का बहाव बहुत सकिंटा मिनटा के हिसाब में चढ़ रहा है। मॉर्निंग दे विच जिहड़ा पानी कोई चार तीन चार फुट थले सी वो मिनटा सकिंटा मिनटा के हिसाब नाल चढ़ गया, नौजवान पानी दे विच निक जाके बंद लगा रहे हैं। लाइव फुटेज देख रहे हो, ਆਹ
ਢਿਲਵਾਂ ਤੋਂ ਲਾਈਵ ਫੁਟੇਜ ਨੀਅਰ ਬਾਬਾ ਲਾਹੌਰੀ ਸ਼ਾਹ ਦੀ ਜਗ੍ਹਾ ਜਗ੍ਹਾ ਪਹਿਲਾਂ 88 'ਚ ਬੰਨ ਪਾੜ ਪਿਆ ਸੀ, ਦੁਬਾਰਾ ਦੱਸ ਰਹੇ ਹਾਂ ਅਤੇ ਜਗ੍ਹਾ ਦੁਬਾਰਾ ਫਿਰ 41 ਸੀਐਮ ਚੱਲੀ ਹੈ, ਪਾਣੀ ਥੱਲਿਓਂ ਨਿਕਲ ਰਿਹਾ ਅਤੇ ਨੌਜਵਾਨ ਕਾਰ ਸੇਵਾ ਕਰ ਰਹੇ ਆ, ਨਜ਼ਦੀਕੀ ਪਿੰਡਾਂ ਦੇ ਨੌਜਵਾਨ ਆਪਣੇ ਆਪਣੇ ਕਿਸੇ ਕੋਲ ਟਰੈਕਟਰ ਟਰਾਲੀ, ਕਿਸੇ ਕੋਲ ਕਹੀਆਂ, ਜੋ ਵੀ ਹੱਥ ਆਉਂਦਾ ਹੈ ਸਹਿਯੋਗ ਦੇਣ ਲਈ ਪੂਰਾ ਉਹਦੇ ਵਿੱਚ ਯੋਗਦਾਨ ਦੇ ਰਹੇ ਆ ਤਾਂ ਕਿ ਬੰਨ ਨੂੰ ਟੁੱਟਣ ਤੋਂ ਰੋਕਿਆ ਜਾ ਸਕੇ। ਸਥਿਤੀ ਆਊਟ ਆਫ ਕੰਟਰੋਲ ਹੁੰਦੀ ਜਾ ਰਹੀ ਸੀ, ਪਰ ਨੌਜਵਾਨਾਂ ਨੂੰ ਜੇ ਪਾਣੀ ਪਿੱਛੋਂ ਆਉਂਦਾ ਤਾਂ ਆਊਟ ਆਫ ਕੰਟਰੋਲ ਹੋ ਸਕਦਾ ਹੈ। ਪੁਲਿਸ ਮਹਿਕਮੇ ਵੱਲੋਂ ਇਹ ਸੂਚਨਾ ਦਿੱਤੀ ਗਈ ਹੈ, ਜੋ ਕਿ ਮੌਜੂਦ ਨੇ ਮੌਕੇ 'ਤੇ ਬੋਰੇ ਲੈ ਕੇ ਆਏ ਨੇ ਨੌਜਵਾਨ। ਬੋਰਿਆਂ ਦੀ ਕਮੀ ਹੋਈ ਸੀ ਅਤੇ ਬੋਰੇ ਵੱਡੀ ਗਿਣਤੀ 'ਚ ਬੋਰੇ ਮੰਗਾਏ ਗਏ ਨੇ, ਦੇਖੋ ਬੋਰੇ ਮਿੱਟੀ ਭਰ ਲਈ, ਬੋਰੇ ਬੋਰਿਆਂ ਦੇ ਬੰਡਲ ਦੇ ਬੰਡਲ ਨੌਜਵਾਨ ਲਿਆ ਰਹੇ ਨੇ, ਕਿਤੋਂ ਵੀ ਮਿਲਦੇ ਆ, ਕਿਸੇ ਨੂੰ ਮਾਰਕੀਟ 'ਚੋਂ ਮਿਲਦੇ ਆ, ਹਰ ਕੋਈ ਬੋਰੇ ਦੇ ਲੈ ਕੇ ਆ ਰਿਹਾ ਇੱਥੇ। ਪੂਰੀ ਨੌਜਵਾਨੀ ਇੱਥੇ ਪਹੁੰਚੀ ਹੋਈ ਹੈ, ਪੁਲਿਸ ਪ੍ਰਸ਼ਾਸਨ ਵੀ ਪੂਰਾ ਸਹਿਯੋਗ ਦੇ ਰਿਹਾ। SHO ਥਾਣਾ ਢਿਲਵਾਂ ਜਿਹਨਾਂ ਸੂਚਨਾ ਦਿੱਤੀ ਸੀ ਸਾਨੂੰ ਵੀ ਕਈ, ਅਸੀਂ ਪੂਰਾ ਸਹਿਯੋਗ ਦੇ ਰਹੇ ਹਾਂ। ਮਗਰੋਂ ਮਗਰ ਮਿੱਟੀ ਟਿੱਪਰ ਟਰਾਲੀਆਂ ਆ ਰਹੀਆਂ, ਟਿੱਪਰ ਤੁਸੀਂ ਦੇਖ ਸਕਦੇ ਹੋ, ਮਿੱਟੀ ਦੇ ਟਰਾਲੀਆਂ ਵੱਡੀ ਗਿਣਤੀ ਵਿੱਚ ਪਹੁੰਚ ਰਹੀਆਂ ਇੱਥੇ। ਪਾਣੀ ਚੜ੍ਹ ਰਿਹਾ ਅਤੇ ਕੁਛ ਸਮੇਂ ਬਾਅਦ ਇਹ ਜਿਹੜਾ ਮੋਟਰ ਵਾਲਾ ਕੋਠਾ ਸ਼ਾਇਦ ਇਹ ਨਾ ਦਿਖੇ, ਕਿਉਂਕਿ ਮੋਰਨਿੰਗ ਦਾ ਪਾਣੀ ਚੜ੍ਹਿਆ ਸਾਡੇ, ਅਸੀਂ ਦੇਖਦੇ ਦੇਖਦੇ ਫੁੱਟਾਂ ਦੇ ਹਿਸਾਬ ਨਾਲ ਪਾਣੀ ਚੜ੍ਹ ਰਿਹਾ ਇਹ ਪਹਿਲਾਂ। ਤੁਸੀਂ ਦੇਖ ਸਕਦੇ ਹੋ ਲੰਬੀ ਲਾਈਨ ਲੱਗੀ ਹੈ, ਨੌਜਵਾਨ ਬੋਰੇ ਲੈ ਕੇ ਆ ਰਹੇ ਨੇ, ਪਿੰਡਾਂ ਤੋਂ ਨਜ਼ਦੀਕੀ ਪਿੰਡਾਂ ਤੋਂ ਨੌਜਵਾਨ ਆਪਣਾ ਸਹਿਯੋਗ ਦੇ ਰਹੇ ਨੇ, ਇਹ ਮਸਲਾ ਸਾਰੇ ਇਲਾਕੇ ਦਾ ਹੈ। ਅਤੇ ਟਿੱਪਰ ਇਕੱਲੇ ਟਰੈਕਟਰ ਨਹੀਂ, ਵੱਡੇ ਟਿੱਪਰ ਜਿਹੜੇ ਪਿੱਛੇ ਤੁਸੀਂ ਦੇਖ ਸਕਦੇ ਹੋ, ਮਿੱਟੀ ਦੇ ਟਿੱਪਰ ਜਿਹੜੇ ਉਹ ਵੀ ਵੱਡੀ ਗਿਣਤੀ 'ਚ ਖੜ੍ਹੇ, ਆਪਾਂ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ ਕਿ ਮਿੱਟੀ ਨੂੰ ਜਿਸ ਗਿਣਤੀ ਨਾਲ ਮੰਗਵਾਇਆ ਗਿਆ ਹੈ, ਪ੍ਰਸ਼ਾਸਨ ਨੂੰ ਲੱਗਦਾ ਹੈ ਵੀ ਇੱਥੇ ਖਤਰਾ ਬਣਿਆ ਹੋਇਆ ਹੈ। ਤੁਹਾਨੂੰ ਅਸੀਂ ਟਿੱਪਰ ਦਿਖਾਉਣ ਜਾ ਰਹੇ ਹਾਂ, ਵੱਡੇ ਟਿੱਪਰ ਜਿਹੜੇ ਮਿੱਟੀ ਦੇ ਮੰਗਵਾਏ ਗਏ ਨੇ, ਮਿੱਟੀ ਵੱਡੀ ਗਿਣਤੀ 'ਚ ਆ ਰਹੀ ਹੈ, ਅਜੇ ਲਗਾਤਾਰ ਪਿੱਛੋਂ ਮਿੱਟੀ ਮੰਗਵਾਈ ਜਾ ਰਹੀ ਹੈ। ਟਰੱਕ ਟਿੱਪਰ ਮਿੱਟੀ ਦੇ ਲੱਦੇ ਹੋਏ ਨੇ, ਕਿਸੇ ਤਰ੍ਹਾਂ ਦੀ ਜਿਹੜੀ ਖਤਰਾ ਉਹਨੂੰ ਨਜਿੱਠਣ ਲਈ ਮਿੱਟੀ ਮੰਗਵਾਈ ਗਈ ਹੈ। ਪੁਲਿਸ ਪ੍ਰਸ਼ਾਸਨ ਵਾਰ ਵਾਰ ਕਹਿ ਰਿਹਾ ਕਿ ਪਾਣੀ ਜੇਕਰ ਇਸ ਤਰ੍ਹਾਂ ਪਿੱਛੋਂ ਆਉਂਦਾ ਰਿਹਾ ਤਾਂ ਆਊਟ ਆਫ ਕੰਟਰੋਲ ਸਥਿਤੀ ਹੋ ਸਕਦੀ ਹੈ। ਹਾਲਾਂਕਿ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਸਥਿਤੀ ਆਊਟ ਆਫ ਕੰਟਰੋਲ ਹੋ ਸਕਦੀ ਹੈ। ਇਸ ਕਰਕੇ ਢਿਲਵਾਂ ਇਲਾਕਾ ਨਿਵਾਸੀ ਥੋੜ੍ਹਾ ਜਿਹਾ ਖਿਆਲ ਰੱਖਣ, ਬੱਚਿਆਂ ਵਗੈਰਾ ਨੂੰ ਇਸ ਏਰੀਆ ਵੱਲ ਨਾ ਭੇਜਿਆ ਜਾਵੇ। ਕੁਛ ਲੋਕ ਫਸੇ ਵੀ ਸੀ ਪਾਣੀ 'ਚ, ਸਾਨੂੰ ਸੂਚਨਾ ਮਿਲੀ ਹੈ ਪੁਲਿਸ ਡਿਪਾਰਟਮੈਂਟ ਵੱਲੋਂ ਵੀ, ਉਹਨੂੰ ਰੈਸਕਿਊ ਕਰ ਲਿਆ ਗਿਆ। ਮੰਡ ਏਰੀਆ ਵਿੱਚ ਕੁਛ ਲੋਕ ਪਾਣੀ 'ਚ ਫਸੇ ਸੀ, ਹੋ ਸਕਦਾ ਸ਼ਾਇਦ ਉਹ ਮੋਟਰਾਂ ਖੋਲ੍ਹਣ ਲਈ ਗਏ ਸੀ ਜਾਂ ਕੋਈ ਆਪਣਾ ਸਮਾਨ ਵਗੈਰਾ ਸਾਂਭ ਲਈ ਗਏ ਸੀ, ਪਰ ਕੁਛ ਲੋਕ ਫਸ ਗਏ ਸੀ ਜਿਨ੍ਹਾਂ ਨੂੰ ਸੁਰੱਖਿਅਤ ਰੈਸਕਿਊ ਕਰ ਲਿਆ ਗਿਆ ਹੈ ਮਹਿਕਮੇ ਵੱਲੋਂ। ਇਹ ਸੂਚਨਾ ਦਿੱਤੀ ਗਈ ਹੈ ਪੁਲਿਸ ਡਿਪਾਰਟਮੈਂਟ ਵੱਲੋਂ। ਸੋ ਛੋਟੀ ਜਿਹੀ ਜਾਣਕਾਰੀ ਲੈਂਦੇ ਹਾਂ ਅਸੀਂ, ਵੀਰ ਬਹੁਤ ਵੀ ਸਾਡੇ ਨਾਲ ਖੜ੍ਹੇ ਆ, ਤੁਸੀਂ ਤਾਂ ਜਾਣਕਾਰੀ ਦੇਣਗੇ। ਹਾਂਜੀ ਭਾਅ ਜੀ, ਕਿਸ ਚੀਜ਼ ਦੱਸਿਓ ਮਾੜਾ ਜਿਹਾ। ਸਿੱਧੀ ਬੜੀ ਭਿਆਨਕ ਆ, ਪਾਣੀ ਬੜੀ ਤੇਜ਼ੀ ਦੇ ਨਾਲ ਵਧਿਆ, ਪਹਿਲਾਂ ਵੀ 18-20 ਦਿਨ ਫਸਲਾਂ ਸਾਰੀਆਂ ਤੋਂ ਬਾਅਦ ਕਰ ਦਿੱਤੀ ਆ, ਹੁਣ ਪਿੰਡ ਨੂੰ ਵੀ ਖਤਰਾ ਹੋਇਆ ਹੈ। ਪਰ ਲੋਕਾਂ ਅੱਗੇ ਬੇਨਤੀ ਹੈ ਕਿ ਅਫਵਾਹਾਂ ਨਾ ਫੈਲਾਓ, ਐਵੇਂ ਅਫਵਾਹਾਂ ਦਾ ਬਾਜ਼ਾਰ ਬੜਾ ਗਰਮ ਹੈ ਕਿ ਉੱਥੋਂ ਟੁੱਟ ਗਈ, ਹਰਕਤ ਕਰਨ ਦੀ ਲੋੜ ਹੈ। ਬਸ ਸੇਮ ਚੱਲੀ ਹੈ, ਦੱਸਿਆ ਗਿਆ, ਸਿਰਫ ਸੇਮ ਚੱਲੀ ਹੈ, ਦੱਸਿਆ ਗਿਆ ਮੀਡੀਆ ਸਾਡੇ ਵੱਲੋਂ। ਹਾਂ ਠੀਕ ਹੈ ਕਿ ਅੰਦਰਲੇ ਪਾਸੇ ਪਾਣੀ ਬਹੁਤ ਆ, ਤੇਜ਼ੀ ਨਾਲ ਵੱਧਦਾ ਤਾਂ ਹੈ ਵੀ, ਹਾਂਜੀ ਤੁਸੀਂ ਵੀ ਕਮਜ਼ੋਰ ਆ, ਪਰ ਅਫਵਾਹਾਂ ਨਹੀਂ ਫੈਲਾਉਣੀਆਂ ਚਾਹੀਦੀਆਂ, ਸਾਨੂੰ ਕੰਮ ਕਰਨਾ ਚਾਹੀਦਾ। ਬਿਲਕੁਲ, ਨੌਜਵਾਨਾਂ ਨੂੰ ਜਿੰਨੇ ਨੌਜਵਾਨ ਵੱਧ ਤੋਂ ਵੱਧ ਮੈਨ ਪਾਵਰ ਤੁਸੀਂ ਦੇ ਉੱਤੇ ਆਵੇ, ਹਾਂਜੀ ਸਰਕਾਰ ਦਾ ਪ੍ਰਸ਼ਾਸਨ ਦਾ ਸਹਿਯੋਗ ਇਸੇ ਤਰ੍ਹਾਂ ਹੀ ਹੁੰਦਾ। ਬਿਲਕੁਲ, ਕਿ ਲੋਕਾਂ ਨੂੰ ਆਪ ਕੰਮ ਕਰਦੇ ਪੈਂਦੇ ਆ, ਵੱਧ ਤੋਂ ਵੱਧ ਬੋਰੇ ਪਹੁੰਚਾਓ। ਬਿਲਕੁਲ ਜੀ, ਤਾਂ ਜੋ ਜਿਹੜੇ ਬੋਰੇ ਆ ਉਹ ਭਰ ਕੇ ਹੰਗਾਮੀ ਹਾਲਤ 'ਚ ਰਾਤ ਨੂੰ ਨਹੀਂ ਭਰੇ ਜਾਣੇ, ਲਾਏ ਜਾ ਸਕਣ। ਬੋਬੀ ਜੀ, ਇੱਕ ਸਾਡੇ ਲੋਕ ਖਬਰ ਸਵੇਰੇ ਦਿਖਾਈ ਗਈ ਸੀ ਸੀਐਮ ਬਾਰੇ, ਸ਼ਾਇਦ ਤੁਸੀਂ ਦੇਖੀ ਹੋਊਗੀ ਜੀ, ਅਤੇ ਮੀਡੀਆ ਵੱਲੋਂ ਪੂਰਾ ਅਵੇਅਰ ਕੀਤਾ ਗਿਆ ਸੀ, ਉਸ 'ਤੇ ਪ੍ਰਸ਼ਾਸਨ ਵੱਲੋਂ ਇੱਕ ਉੱਤੇ ਹੁਣ ਲੱਗਦਾ ਕਿ ਮੀਡੀਆ 'ਚ ਅਵੇਅਰਨੈਸ ਇੱਕ ਵਧੀਆ ਚੀਜ਼ ਆ, ਆਪਾਂ ਦਿਖਾ ਰਹੇ ਹਾਂ। ਬਿਲਕੁਲ ਬਿਲਕੁਲ, ਕਈ ਵਾਰੀ ਖਾਨਾ ਪੂਰਤੀ ਹੁੰਦੀ ਆ, ਪਰ ਨਹੀਂ ਅੱਜ ਪ੍ਰਸ਼ਾਸਨ ਵੀ ਲੱਗਾ ਨਾਲ, ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ। ਬਿਲਕੁਲ, ਕਿ ਆਪਾਂ ਬੋਰੇ ਇਕੱਠੇ ਕਰੀਏ, ਜਿੰਨੇ ਘੱਟ ਪਏ ਆ, ਇਹ ਜ਼ਰੂਰੀ ਨਹੀਂ ਕਿ ਕਿਸਾਨ ਦੇ ਘਰ ਹੀ ਬੋਰੇ ਪਏ ਆ। ਬਿਲਕੁਲ, ਆਮ ਕੋਈ ਗੰਢੇ ਵਾਲਾ, ਕੋਈ ਪਿਆਜ਼ ਦਾ, ਜਿੰਨੇ ਤੋੜੇ ਤੁਸੀਂ ਦੇ ਪਹੁੰਚਾਓ,
ਉਹਨਾਂ ਨੂੰ ਭਰਿਆ ਨਜਿੱਠੀਏ 88 ਵਿੱਚ ਵੀ ਇਸੇ ਤਰ੍ਹਾਂ ਆਪਾਂ ਜੰਗ ਲੜਨੀ ਆਪਣਾ ਹੱਕ ਹੈ ਆਪਾਂ ਇਹ ਜੰਗ ਲੜੀਏ ਇਕੱਠੇ ਹੋ ਕੇ ਸਾਰੇ ਪ੍ਰਸ਼ਾਸਨ ਦਾ ਵੀ ਸਹਿਯੋਗ ਦਈਏ ਬਲਕਿ ਏਕਤਾ ਦੇ ਨਾਲ ਕਿਸੇ ਵੀ ਜਿਹੜਾ ਮੁਸ਼ਕਲ ਉੱਤੇ ਹੱਲ ਪਾਇਆ ਜਾ ਸਕਦਾ ਹੈ ਬਿਲਕੁਲ ਜੇਕਰ ਬੰਨ ਨੂੰ ਟੁੱਟੇ ਤੋਂ ਬਚਾਇਆ ਜਾਂਦਾ ਹੈ ਤੇ ਖੂਸਾਂ ਦਾ ਪਿੰਡ ਦਾ ਨੁਕਸਾਨ ਨਾ ਹੋਵੇ ਬਿਲਕੁਲ ਤੇ ਸਾਨੂੰ ਘਰਾਂ 'ਚੋਂ ਬਾਹਰ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਤੁਸੀਂ ਦੇ ਉੱਤੇ ਰਾਤ ਨੂੰ ਨਿਗਰਾਨੀ ਠਿਕਰੀ ਪੈਰਾ ਜ਼ਰੂਰ ਲਾਜ਼ਮੀ ਹੋਣਾ ਚਾਹੀਦਾ ਸਾਰੇ ਨੌਜਵਾਨਾਂ ਨੂੰ ਤਾਂ ਜੋ ਕੋਈ ਸ਼ਰਾਰਤੀ ਅੰਸਰ ਸ਼ਰਾਰਤ ਨਾ ਕਰ ਚਲੇ ਜੀ ਧੰਨਵਾਦ ਦੇਖੋ ਜੀ ਬੋਬੀ ਸਿਹਾ ਵੀਰ ਆ ਇਹਨਾਂ ਦੇ ਬਹੁਤ ਵਧੀਆ ਵਿਚਾਰ ਹੈ ਵੀ ਇੱਕ ਨਾ ਫਵਾ ਨਾ ਫਲਾਈ ਉਹਨੇ ਸੇਮ ਚੱਲੀ ਹੈ ਕਈ ਜਗ੍ਹਾ ਇੱਕ ਨਿਊਜ਼ ਆ ਕਿ ਟੁੱਟ ਗਿਆ ਬੰਨ ਵਗੈਰਾ ਇੱਦਾਂ ਦੀ ਕੋਈ ਨਿਊਜ਼ ਨਹੀਂ ਹੈਗੀ ਜੇਕਰ ਰੱਬ ਨਾ ਕਰੇ ਕੋਈ ਇੱਦਾਂ ਦਾ ਘਟਨਾ ਸੀ ਕਹਿੰਦੇ ਰੱਬ ਨਾ ਕਰੇ ਹੁੰਦੀ ਹੈ ਤਾਂ ਢਿਲਵਾਂ.com ਸਭ ਤੋਂ ਪਹਿਲਾਂ ਇਹ ਖਬਰ ਨਸ਼ਰ ਕਰੇਗਾ ਪਰ ਇੱਦਾਂ ਦੀ ਨੌਬਤ ਨਾ ਆਵੇ ਪਰਮਾਤਮਾ ਕਰੇ ਇੱਦਾਂ ਦੀ ਨਾ ਹੀ ਆਵੇਗੀ ਅਤੇ ਅਸੀਂ ਹਰ ਇੱਕ ਜਿਹੜੀ ਖਬਰ ਆ ਪੂਰਾ ਸਟੀਕ ਅਤੇ ਪੁਖਤਾ ਰੂਪ ਦੇ ਵਿੱਚ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਹੁਣ ਟਿੱਪਰ ਚੱਲ ਰਿਹਾ ਤੁਸੀਂ ਦੇਖੋ ਮਿੱਟੀ ਦੇ ਭਰੇ ਹੋਏ ਟਿੱਪਰ ਟਰਾਲੀਆਂ ਨਾਲੋਂ ਇਹ ਵੱਡੇ ਵੀ ਮੰਗਵਾਏ ਗਏ ਆ ਮਿੱਟੀ ਦੇ ਟਿੱਪਰ ਪ੍ਰਸ਼ਾਸਨ ਵੱਲੋਂ ਤੁਸੀਂ ਬੰਨ ਦੇ ਉੱਪਰ ਅੱਜ ਇੱਕ ਰੋਡ ਬਣੀ ਆ ਪੱਕੀ ਇੱਕ ਉਹਦਾ ਵੀ ਬੈਨੀਫਿਟ ਮਿਲ ਰਿਹਾ ਆਹ ਤੁਸੀਂ ਰੋਡ ਦੇਖ ਰਹੇ ਹੋ ਇਹਦਾ ਕਰਕੇ ਜਿਹੜੀ ਕੋਈ ਵੀ ਸੁਵਿਧਾ ਹੈ ਕੋਈ ਸਾਧਨ ਹੈ ਉਹ ਪੂਰਾ ਟਾਈਮ ਸਿਰ ਪਹੁੰਚ ਰਿਹਾ ਸੋ ਇਹ ਵੀ ਬੜਾ ਸ਼ਲਾਘਾਯੋਗ ਕਦਮ ਹੈ ਇੱਕ ਰੋਡ ਬਣੇ ਦਾ ਬੈਨੀਫਿਟ ਵੀ ਮਿਲ ਰਿਹਾ ਤੁਸੀਂ ਬੰਨ ਦੇ ਉੱਪਰ ਜੇਕਰ ਇਹ ਰਾਤ ਕਸਤਾ ਕੱਚਾ ਹੁੰਦਾ ਤਾਂ ਇਹਦੇ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਇਹਨਾਂ ਨੂੰ ਪਹੁੰਚਾਉਣਾ ਬੜਾ ਮੁਸ਼ਕਿਲ ਹੋ ਜਾਂਦਾ ਆਹ ਦੇਖੋ ਦੂਸਰਾ ਟਿੱਪਰ ਚੱਲਿਆ ਇਹਦੇ ਪਿੱਛੇ ਹੋਰ ਵੀ ਟਿੱਪਰ ਆ ਰਹੇ ਆ ਮਿੱਟੀ ਦੇ ਭਰੇ ਹੋਏ ਵੱਡੇ ਟਿੱਪਰ ਟਰਾਲੀਆਂ ਟਰੈਕਟਰ ਨੌਜਵਾਨ ਨਾਲ ਪਿੰਡਾਂ ਤੋਂ ਪੂਰੇ ਆ ਰਹੇ ਆ ਘਰਾਂ 'ਚੋਂ ਨਿਕਲ ਰਹੇ ਆ ਸਹਿਯੋਗ ਦੇ ਰਹੇ ਆਪਣਾ ਮੈਨ ਫੋਰਸ ਪੂਰੀ ਆ ਰਹੀ ਹੈ ਸੋ ਵਧੀਆ ਗੱਲ ਹੈ ਜੇਕਰ ਕਿਸੇ ਤੱਕ ਹੋਰ ਆਵਾਜ਼ ਪਹੁੰਚਦੀ ਹੈ ਕੋਈ ਆਪਣਾ ਸਹਿਯੋਗ ਦੇਣਾ ਚਾਹੁੰਦਾ ਹੈ ਤਾਂ ਇੱਥੇ ਪਹੁੰਚ ਸਕਦਾ ਹੈ ਮੈਨ ਪਾਵਰ ਦੀ ਬਹੁਤ ਲੋੜ ਹੈ ਪ੍ਰਸ਼ਾਸਨ ਵੱਲੋਂ ਵਾਰ ਵਾਰ ਬੇਨਤੀ ਹੈ ਵੀ ਢਿਲਵਾਂ ਇਲਾਕੇ 'ਤੇ ਜਿਹੜਾ ਪਾਣੀ ਆ ਉਸ ਜਿਹੜਾ ਉਹਨੂੰ ਜਾਣ ਤੋਂ ਰੋਕਿਆ ਜਾ ਸਕੇ ਅਸੀਂ ਲਾਸਟ ਇੱਕ ਵਾਰੀ ਫਿਰ ਦੱਸ ਰਹੇ ਹਾਂ ਵੀ ਉਸੇ ਜਗ੍ਹਾ ਤੋਂ ਪਾੜ ਸੇਮ ਚੱਲੀ ਹੈ ਪਾੜ ਨਹੀਂ ਕਹਿ ਸਕਦੇ ਸੇਮ ਚੱਲੀ ਹੈ ਲਾਈਕ ਥੱਲਿਓਂ ਦੀ ਪਾਣੀ ਸਿਮ ਰਿਹਾ ਉਹ ਵੱਧ ਵੀ ਸਕਦਾ ਹੈ ਜਿੱਥੇ ਪਹਿਲਾਂ 88 ਦੇ ਵਿੱਚ ਚੱਲੀ ਸੀ ਸੇਮ ਉਸੇ ਜਗ੍ਹਾ 'ਤੇ ਬਾਬਾ ਲੋਰੀ ਸ਼ਾਹ ਦੀ ਜਗ੍ਹਾ ਢਿਲਵਾਂ ਤੋਂ ਕੁਛ ਦੂਰੀ ਦੇ ਉੱਪਰ ਅਤੇ ਉਹ ਸੇਮ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਬਾਕੀ ਜਗ੍ਹਾ ਸੁਰੱਖਿਅਤ ਹੈ ਕੁਛ ਸੂਚਨਾਵਾਂ ਮਿਲੀਆਂ ਨੇ ਕਿ ਬਤਾਲਾ ਸਾਈਡ ਦੀ ਸਾਈਡ 'ਤੇ ਵੀ ਕੁਛ ਥੋੜ੍ਹੀ ਬਹੁਤੀ ਸੇਮ ਆ ਨੌਜਵਾਨ ਉੱਥੇ ਵੀ ਕਾਬੂ ਪਾ ਰਹੇ ਆ ਤੁਹਾਨੂੰ ਵੀ ਅਸੀਂ ਲਾਈਵ ਅਪਡੇਟ ਦਿਖਾਵਾਂਗੇ ਬੜੀ ਜਲਦੀ ਫਿਲਹਾਲ ਢਿਲਵਾਂ ਦੇ ਇੱਥੇ ਨੌਜਵਾਨ ਜਿਹੜੇ ਸਥਿਤੀ ਨੂੰ ਕਾਬੂ ਪਾ ਰਹੇ ਆ ਅਤੇ ਹੁਣ ਅਸੀਂ ਲਾਈਵ ਨੂੰ ਬੰਦ ਕਰਨ ਜਾ ਰਹੇ ਹਾਂ ਅਤੇ ਕੁਝ ਚੰਦ ਮਿੰਟਾਂ ਬਾਅਦ ਦੁਬਾਰਾ ਤੁਹਾਨੂੰ ਇਸ ਜਗ੍ਹਾ 'ਤੇ ਅਸੀਂ ਜਿਹੜੀ ਨਵੀਂ ਸਥਿਤੀ ਆ ਉਹਦੇ ਨਾਲ ਜਾਣੂ ਕਰਵਾਵਾਂਗੇ ਤੁਸੀਂ ਢਿਲਵਾਂ.com ਨਾਲ ਬਣੇ ਰਹੋ ਹਰ ਇੱਕ ਅਪਡੇਟ ਤੁਹਾਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਲਾਸਟ ਇੱਕ ਵਾਰੀ ਫਿਰ ਅਸੀਂ ਦਿਲੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਜਿਹੜਾ ਅੱਜ ਦਾ ਖਤਰਾ ਪਿੰਡ 'ਤੇ ਬਣਿਆ ਹੋਇਆ ਇਲਾਕੇ 'ਤੇ ਬਣਿਆ ਹੋਇਆ ਪਿੰਡਾਂ 'ਤੇ ਬਣਿਆ ਹੋਇਆ ਇਹਨੂੰ ਟਾਲ ਦੇਵੇ ਕਿਸੇ ਦਾ ਨੁਕਸਾਨ ਨਾ ਹੋਵੇ ਅਤੇ ਨੌਜਵਾਨ ਦੀ ਜਿਹੜੀ ਮਿਹਨਤ ਹੈ ਉਹ ਰੰਗ ਲਿਆਵੇ ਅਤੇ ਇਸ ਜਿਹੜਾ ਸੇਮ ਹੈ ਇੱਥੇ ਚੱਲ ਰਿਹਾ ਇਸ ਨੂੰ ਬੰਦ ਕੀਤਾ ਜਾ ਸਕੇ ਧੰਨਵਾਦ।